ਆਪਾਂ ਨਾ ਚੋੜ ਚੋੜੇ ਚ ਰਸਤਾ ਭੁੱਲ ਗਏ, ਰਸਤਾ ਨੀ ਭੁੱਲੇ ਰਸਤਾ ਭਟਕ ਗਏ ਤੇ ਹੋਰ ਹੀ ਕਿੱਧਰ ਵੜ ਗਿਆ ਸੜਕਾਂ ਤੇ ਸਮਝ ਨੀ ਆ ਰਹੀ। ਹੁਣ ਇਹ ਪਤਾ ਨੀ ਕਿਹੜਾ ਸ਼ਹਿਰ ਆ ਗਿਆ, ਸਾਰੇ ਫੋਨਾਂ ਚ ਲੱਭੀ ਜਾਂਦੇ ਨੇ ਆਪਾਂ ਕਿੱਥੇ ਆ। ਕੁੜੀਆਂ ਦੀਆਂ ਗੱਲਾਂ ਕੁੜੀਆਂ ਵਾਲੇ ਹੁੰਦੀਆਂ ਨੇ, ਚੂੜੀਆਂ ਚਾੜੀਆਂ ਦੀ ਗੱਲਾਂ ਚੱਲਦੀਆਂ ਨੇ ਨਾ ਯਾਰ, ਆਹ ਬੈਂਗਲਾਂ ਬੁੰਗਲਾਂ ਦੀਆਂ ਇਹ ਕਿਵੇਂ ਖੁਸ਼ ਹੁੰਦੀਆਂ ਤਾਂ ਨਾ, ਇੱਕੋ ਜਿਹੀਆਂ ਇੱਕੋ ਜਿਹੀਆਂ ਹਾਈਟ ਦੀਆਂ ਭੈਣਾਂ ਭੈਣਾਂ, ਜੂਮ ਕਰਦਾ ਨਾ ਜੂਮ ਲੈ। ਆਹ ਏਰੀਆ ਬਹੁਤ ਸੋਹਣਾ, ਇੱਧਰ ਏਰੀਆ ਸ਼ਾਂਤ ਜਿਹਾ ਅਤੇ ਸਾਫ਼ ਸੁਥਰਾ ਜਿਹਾ ਏਰੀਆ, ਕਲੀਨ ਏਰੀਆ। ਇੱਧਰੋਂ ਆ ਰਹੀ ਹੈ ਗੱਡੀ ਬੜੀ ਸਪੀਡਾਂ 'ਤੇ ਆਉਂਦੀਆਂ ਨੇ। ਆਪਾਂ ਚੱਲੇ ਜੀ ਸਨਸੈਟ ਪੁਆਇੰਟ 'ਤੇ ਜਿੱਥੇ ਸੂਰਜ ਛਿਪਦਾ ਤੇ ਆ ਦੇਖੋ ਘਰ ਕਿਵੇਂ ਅਲੱਗ ਜਿਹਾ ਇਕੱਲਾ ਜਿਹਾ ਬਣਿਆ ਹੋਇਆ ਪੌੜੀਆਂ ਜੀ ਚੜ੍ਹ ਕੇ ਹੈ ਨਾ। ਓਏ ਹੋਏ 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 ਕਿਆ ਬਾਤਾਂ ਨੇ ਜੀ, ਵਾਕਈ ਬਹੁਤ ਸੋਹਣਾ ਵਿਊ ਆ। ਜਹਾਜ਼ 'ਤੇ ਜ਼ੂਮ ਕਰਾਂ, ਜਹਾਜ਼ ਨਹੀਂ ਦਿਖ ਰਿਹਾ। ਓਏ ਸਹੀ ਗੱਲ ਹੈ, ਹਾਂ ਪੇਪਰ ਜਹਾਜ਼ ਸਮੁੰਦਰ ਵਾਲਾ ਵਿਊ ਬੜਾ ਘੈਂਟ ਲੱਗਦਾ, ਜਿਵੇਂ ਆਪਣੇ ਉੱਥੇ ਆਪਣੇ ਹਾਈ ਪੁਆਇੰਟ ਜਾ ਰਹੇ ਹਾਂ। ਆਪਣੇ ਪਹਾੜ ਨਾ ਜਿਹੜੇ ਹੈਗੇ ਨੇ ਨਾ ਕਈ ਡਰਾਵਣੇ ਨੇ, ਪਰ ਕਈ ਨਾ ਆਪਣੇ ਅਲੱਗ ਹੀ ਫੀਲ ਦੇ ਨੇ। ਇੱਧਰ ਦੇ ਪਹਾੜ ਅਲੱਗ ਨੇ, ਇੱਧਰ ਸੁੱਕੇ ਪਹਾੜ ਨੇ ਜ਼ਿਆਦਾਤਰ, ਆਪਣੇ ਪਹਾੜਾਂ ਦੇ ਗ੍ਰੀਨਰੀ ਜ਼ਿਆਦੀ ਹੈ ਥੋੜ੍ਹੀ ਜਿਹੀ। ਕਿਹੜੇ ਆਹ ਵਾਲੇ ਆਪਣੇ ਉੱਧਰ ਅੱਜ ਕੱਲ੍ਹ ਪਹਾੜ, ਇਸ ਮੌਸਮ ਵਿੱਚ ਪਹਾੜ ਬਹੁਤ ਗਿਰੇ, ਨੁਕਸਾਨ ਬਹੁਤ ਹੋਇਆ ਉੱਧਰ ਦਾ ਹਿਮਾਚਲ ਸਾਈਡ ਦਾ, ਪਾਣੀ ਆਇਆ ਜੀ ਪਾਣੀ ਕਰਕੇ ਪਹਾੜ ਪੂੜ ਬਹੁਤ ਗਿਰੇ ਨੇ। ਇਹ ਸਾਈਡ ਤੋਂ ਕਿਉਂ ਲੱਗਦਾ ਜ਼ਿਆਦਾ ਉੱਚੀ ਕਾਸਲ ਲਾ ਲੈ ਸਾਰੀ, ਕਾਸਲ ਤੋਂ ਵੀ ਉੱਚੀ ਲੱਗ ਰਹੀ ਜਗ੍ਹਾ, ਕਾਸਲ ਉੱਧਰ ਨੀਚੇ ਰਹਿ ਗਿਆ। ਹਾਂ ਉਹ ਨੀਚੇ ਰਹਿ ਗਿਆ ਵਾ। ਹਾਂ ਮਮਾ ਜ਼ੋਰ ਲੱਗਣ ਡਿਆ, ਵਿਟਾਮਿਨ ਸੀ ਪੀਓ ਕਾਨੂੰ ਫਾ ਲਿਆ ਸੀ ਉੱਪਰ ਆਣ ਦਾ। ਲੋ ਜੀ ਇਹ ਤਾਂ ਡੋਂਕੀ ਲੱਗ ਰਹੀ, ਮਤਲਬ ਅਮਰੀਕਾ ਦੀ ਡੋਂਕੀ ਨਹੀਂ ਹੁੰਦੀ ਸੱਜੇ ਜਾਣਾ, ਕਿਹੜੇ ਸੁਨਸਾਨ ਇਲਾਕਿਆਂ ਚ ਲੈ ਆਇਆ ਵੇ ਵੇ ਲੱਕੀਆਂ ਲੱਕੀ ਜੇ ਇੱਥੇ ਗੱਡੀ ਖਰਾਬ ਹੋ ਗਈ ਸਗੁਰੋ ਵੀ ਬੜੀ ਔਖੀ ਆਏਗੀ। ਛੇਤੀ ਆਈ ਛੇਤੀ, ਵਾਹ ਯਾਰ ਏਰੀਆ ਬੜਾ ਘੈਂਟ ਸ਼ਾਂਤ। ਇੱਧਰ ਬਾਅਦ ਦਿਖਾਉਂਦੇ ਹਾਂ ਤੁਹਾਨੂੰ ਆਹ ਵਾਲਾ ਵਿਊ, ਪਹਿਲਾਂ ਜੇ ਇੱਥੇ ਦੇਖਣ ਆਇਆ ਵੀ ਉਹ ਸੂਰਜ ਡੁੱਬਦੇ ਨੂੰ। ਵਾਹ ਜੀ ਵਾਹ, ਵਾਕਈ ਆ ਗਈ ਨੀ ਗੱਲਬਾਤ, ਉੱਥੇ ਜਾਣਾ ਜਿੱਥੇ ਸੂਰਜ ਡੁੱਬਦਾ। ਸੂਰਜ ਤੋਂ ਪਹਿਲਾਂ ਹੀ ਡਬਾ ਤਾ ਕਾਸਲਾ, ਥੋੜਾ ਹੀ ਫਰਕ ਪਿਆ 2-3 ਮਿੰਟ ਦਾ ਮਹਾ। ਹੁਣ ਬਾਹਰ ਆਪਾਂ ਐਡਿਟ ਉਹ ਨਹੀਂ ਕਰ ਸਕਦੇ, ਐਡਿਟਿੰਗ 'ਚ ਲਗਾ ਦਾਂਗੇ। ਸੂਰਜ ਡੁੱਬ ਗਿਆ ਪਹਿਲਾਂ ਹੀ ਡੁੱਬ ਗਿਆ ਸਾਡੇ ਆਉਣ ਤੋਂ, ਕੀ ਫਰਕ ਪਿਆ 5 ਮਿੰਟ ਦਾ ਫਰਕ ਪਿਆ ਨਾ, 5 ਮਿੰਟ ਆਪਾਂ ਜੇ ਕੇਬ ਵੱਲ ਆ ਜਾਂਦੇ ਫਿਰ ਭਾਵੇਂ ਮਿਲ ਜਾਣਾ ਸੀ ਸੂਰਜ ਡੁੱਬਦਾ। ਸੂਰਜ ਜਿੱਦਣ ਆਸਮਾਨ 'ਚ ਥੋੜੇ ਥੋੜੇ ਬਾਦਲ ਹੁੰਦੇ ਨੇ ਨਾ, ਸੂਰਜ ਸਨਸੈਟ ਉਦੋਂ ਹੀ ਜ਼ਿਆਦਾ ਸੋਹਣਾ ਲੱਗਦਾ, ਜਿੱਦਣ ਪਲੇਨ ਹੁੰਦਾ ਨਾ ਉਦੋਂ ਸਨਸੈਟ ਨੋਰਮਲ ਹੀ ਹੁੰਦਾ। ਹਾਂਜੀ ਸੋਹਣਾ ਲੱਗ ਰਿਹਾ, ਆਓ ਤੁਹਾਡੀ ਫੋਟੋ ਖਿੱਚਾ ਇੱਥੇ। ਉੱਥੇ ਕਿਰਨ ਨੂੰ ਨਹੀਂ ਦੇਖ ਰਹੇ ਨੇ, ਕੋਈ ਪਕਸ਼ੀ ਪੁਕਸ਼ੀ ਆਉਂਦੇ ਨੇ ਇੱਥੇ ਆਹ ਸਨਸੈਟ ਪੁਆਇੰਟ ਦੇ ਉੱਪਰ, ਕਿਹਨਾਂ ਹੀ ਮੁੰਡਿਆ ਬਹੁਤ ਸੋਹਣਾ, ਜਾਓ ਦੇਖੋ ਕਿਹੜੇ ਪਕਸ਼ੀ ਆਉਂਦੇ ਨੇ। ਮਾੜਾ ਜਿਹਾ ਤੁਰੋ, ਇੱਥੇ ਤਾਂ ਰੀਲਾਂ ਦੀ ਰੀਲੋ ਰੀਲ ਹੋਇਆ ਪਿਆ ਕੰਮ। ਦੇਖੋ ਕਿੰਨਾ ਸੋਹਣਾ ਵਿਊ ਹੈ, ਉਹ ਸਾਹਮਣੇ ਸਮੁੰਦਰ ਉੱਤੇ ਹੋਟਲ ਬਣਿਆ ਹੋਇਆ। ਆ ਗਿਆ ਬਾਈ ਲੈ ਕੇ ਗੱਡੀ, ਓਏ ਆ ਜਾਓ, ਓਏ ਆ ਜਾਓ, ਹਨੇਰਾ ਪੈ ਗਿਆ ਬਾਈ। ਓ ਜਵਾਕੋ, ਹਾਂ ਵੇਖ ਜਵਾਕ ਤੁਰੇ ਆਉਂਦੇ, ਜਵਾਕਾਂ ਨੂੰ ਥਾਂ ਤਾਂ ਹੀ ਨਹੀਂ ਮੈਂ ਲਿਆਉਂਦਾ ਹੁੰਦਾ ਤੁਹਾਨੂੰ ਇੱਥੇ, ਤੁਸੀਂ ਦੇਰ ਬੜੀ ਕਰ ਦਿੰਦੇ ਹੋ। ਹਲੇ ਸ਼ੂਗਰ ਹੈ ਤਾਂ ਖਿਡੌਣੇ ਵਾਲੇ ਨਹੀਂ, ਤੁਸੀਂ ਲਿਟ ਜਾਣਾ ਖਿਡੌਣਾ ਲੈ ਕੇ ਤੇ ਖਿਡੌਣਾ ਲੈ ਕੇ ਤੇ ਸਹੀ ਗੱਲ ਹੈ। ਇੱਥੇ ਗੱਡੀ ਗੱਡੀ ਡਿੱਕੀ ਖੋਲੋ, ਗੱਡੀ ਦੀ ਡਿੱਕੀ 'ਚ ਖਿਡੌਣੇ ਲਿਆਓ, ਕਿਹੜਾ ਇੱਥੇ ਤਾਂ ਲਾਇਸੈਂਸ ਚਾਹੀਦਾ। ਸਾਰੇ ਵੇਖੀ ਪਹਾੜਾਂ ਦੇ ਵਿੱਚ ਟਾਇਰ ਨੂੰ ਹੋ ਗਿਆ ਕੋਈ ਨੁਕਸਾਨ ਨਾ ਪੈਣਾ, ਸਹੀ
लो जी तुसी कासल वगैरा देख लिया दे, सनसेट पॉइंट ते सी गए, सूरज डुब चुका सी ते हुण आपां चले किसी होर जगह ते, उहनां नाम मैनूं नहीं लैणा आ रहा, बड़ा औखा जिहा नाम है, देनिया देनिया यस देनिया कोई जगह शहर है उत्थे गुफा सुरंग सुरंग टनल सुरंग होंदी ना पहाड़ा दे विचों कट के इन्हां ने बनाई हुई है, कमाल ही कर रखी है। देखो जी देखो क्या बात है जी, क्या बात है, लाइट नहीं ना सोना व्यू लग रहा है। ये कितनी बड़ी है? बड़ी तो मेरे आधा किलोमीटर है। आधा किलोमीटर हैगी है? कल ਤੁਸੀਂ ਦੇਖਿਆ ਸੀ ਅਸੀਂ ਚੱਲੇ ਸੀ ਕਿਹੜੀ ਕੰਟਰੀ ਕੰਟਰੀ ਕਿਹੜੀ ਸਿਟੀ ਕੱਲ ਆਪਾਂ ਗਏ ਆਪਾਂ ਕਿੱਥੇ ਗਏ ਅੱਜ ਅੱਜ ਕਿੱਥੇ ਆਪਾਂ ਹੁਣ ਵੇਰ ਤੋਂ ਦੇਨੀਆ ਦੇਨੀਆ ਕੱਲ ਦੇ ਵਲੋਗ ਇਸ ਤੁਸੀਂ ਦੇਖਿਆ ਸੀ ਕਿਸੇ ਕਾਸਲ ਦੇ ਗਏ ਸੀ, ਅੱਜ ਚੱਲੇ ਦੇਨੀਆ ਦੇਨੀਆ ਜਗ੍ਹਾ ਤੇ ਚੱਲੇ ਆ, ਕੋਈ ਸਿਟੀ ਹੈ? ਦੋਨੋਂ ਸਿਟੀ ਵਲੈਂਸੀਆ ਸਟੇਟ ਦੇ ਵਿੱਚ ਤੇ ਦੋਨੋਂ ਕੋਸਟ ਉੱਤੇ ਹੀ ਨੇ, ਸਮੁੰਦਰ ਦੀ ਸਮੁੰਦਰ ਦੇ ਕੋਸਟ ਉੱਪਰ ਹੀ ਨੇ ਤੇ ਦੋਨਾਂ ਦਾ ਫਰਕ ਹੈ ਅੱਧੇ ਘੰਟੇ ਦਾ, 50 ਕਿਲੋਮੀਟਰ 50 ਕਿਲੋਮੀਟਰ ਤੇ ਆਪਾਂ ਹੁਣ ਆਨ ਦਾ ਵੇ ਆ, ਹਾਫ ਆਵਰ ਰਹਿ ਗਿਆ ਬਸ ਤੇ 40 ਕਿਲੋਮੀਟਰ ਰਹਿ ਗਏ ਨੇ, ਉੱਥੇ ਜਾ ਕੇ ਆਪਾਂ ਤੁਹਾਨੂੰ ਇੰਡੀਅਨ ਕੁਜ਼ੀਨ ਦਿਖਾਵਾਂਗੇ। ਹਾਏ ਹਾਏ ਇੰਡੀਅਨ ਕੁਜ਼ੀਨ, ਮਨ ਰੋਟੀ ਖਾਵਾਂਗੇ ਜੀ, ਰੋਟੀ ਖਾਵਾਂਗੇ ਰੋਟੀ ਪੂਰੇ ਕੈਰੇਕਟਰ ਦਾ। ਹਾਂ ਸਹੀ ਹੈ, ਪੂਰੇ ਕੈਰੇਕਟਰ ਤੋਂ ਜੀਸੀ ਫੁੱਟ ਚੱਕੀ ਪਿਆ ਕਿ ਨਹੀਂ ਪਤਾ ਨਹੀਂ ਲੱਗਦਾ ਇੱਥੇ ਸਪੀਡ ਦੀ ਲਿਮਿਟ ਦਾ ਕੋਈ ਹੈ ਨਹੀਂ, ਉਹ ਭਲਾ ਯਾਰ ਡਰ ਲਾਏ ਆ ਤੇ ਇੱਥੇ ਗੱਡੀਆਂ ਦੀ ਬਾਹਰਲੀ ਗੱਡੀ ਦੀ ਆਵਾਜ਼ ਨਹੀਂ ਆਉਂਦੀ ਹੈ, ਹਾਲਾਂਕਿ ਸਾਡੇ ਨਾਲ ਬੰਦੇ ਐਸੇ ਹੁੰਦੇ ਨੇ ਟਕ ਟਕ ਕਰਦੇ ਨੇ ਉਹ ਸਾਨੂੰ ਆਵਾਜ਼ ਲਿਆ ਦਿੰਦੇ ਨੇ। ਠੀਕ ਹੈ ਅੱਗੇ ਮੈਂ ਗੱਡੀਆਂ ਬਹੁਤ ਵਧੀਆ, ਅੱਗੇ ਮੈਂ ਨਾ ਸ਼ੀਸ਼ਾ ਖੋਲ ਕੇ ਨਾ ਮੈਂ ਪਿੱਛੇ ਮੈਂ ਛੱਤ ਖੜਕਾਈ ਜਾ ਰਿਹਾ ਟੜਕ 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 ਹਨਾ, ਸਾਰੇ ਟੈਨਸ਼ਨਾਂ 'ਚ ਵੀ ਆਵਾਜ਼ ਆ ਰਹੀ ਹੈ, ਇਹਨਾਂ ਨੇ ਗੱਡੀ ਰੋਕੀ, ਮੈਂ ਆਪਣੀ ਮਸਤੀ 'ਚ ਇਹਨਾਂ ਨੇ ਟਾਇਰ ਚੈੱਕ ਕੀਤੇ, ਟਾਇਰ ਵੀ ਠੀਕ ਨੇ, ਫਿਰ ਅਗਲੀ ਮੋੜ 'ਤੇ ਫਿਰ ਟਕ ਟਕ ਟਕ। ਕਿਰਨ ਨੇ ਨੋਟ ਕੀਤਾ, ਸ਼ਿਪੀ ਤੁਸੀਂ ਖੜਕਾ ਰਹੇ ਹੋ ਜਦ, ਮੈਂ ਕਿਹਾ ਹਾਂ, ਮੇਰੇ ਵੀ ਬਾਅਦ ਦਿਮਾਗ ਆਇਆ, ਮੈਂ ਚਾਹ ਇਹਦੀ ਆਵਾਜ਼ ਆ ਰਹੀ ਉਲਟਾ ਰੈਕਟ ਰੈਕਟ ਕਰਦੇ ਦੀ, ਉਹ ਸਹੀ ਸੀ ਸੀਨ, ਵੋਇਸ ਫੀਲਿੰਗ ਲੱਗ ਗਿਆ ਸੀ ਪਰ ਰਾਹ ਚਲ ਜਾਣੀ ਪੈਣੀ ਗੱਡੀ ਹੁਣੀ। ਆਹੋ ਬੜ ਗੱਡੀ ਦੀ ਇੱਥੇ ਸਪੀਡ ਬਹੁਤ ਤੇਜ਼ ਹੁੰਦੀ ਹੈ, ਐਨ ਸਪੀਡੋ ਸਪੀਡ ਜਾਂਦੀਆਂ ਨੇ ਗੱਡੀਆਂ, ਕੋਈ ਉਹ ਨਹੀਂ, ਇੱਥੇ ਲਿਮਿਟ ਤਾਂ ਨਹੀਂ ਹੁੰਦੀ ਨਾ ਗੱਡੀ ਦੀ, 120 ਹਾਈਵੇ ਤੇ 120 ਮੈਕਸ, ਉਸ ਤੋਂ ਉੱਪਰ ਜੁਰਮਾਨੇ ਹੁੰਦੇ ਨੇ ਤੇ ਫਿਰ ਤੁਸੀਂ ਪਰ ਤੁਸੀਂ ਭਜਾ ਰਹੇ ਹੋ ਐ ਜਮਰਮਾਨੇ, ਅਸੀਂ ਰਡਾਰਾ ਲਾਈਆਂ ਗੱਡੀ ਪਰ ਰਡਾਰ ਲਾਈ, ਅਸਰ ਰਡਾਰ ਚ ਪਤਾ ਲੱਗ ਜੇਗੀ, ਮੈਂ ਤੁਹਾਨੂੰ ਦਿਖਾਇ ਨਹੀਂ ਸੋਨੇ ਕੈਮਰਾ ਸੀ ਥੋੜੀ ਦੇਰ ਪਹਿਲਾਂ ਰੋਡ ਉੱਤੇ, ਮੈਂ ਕਹਿੰਦਾ ਕੈਮਰੇ ਹੀ ਨਹੀਂ ਪਤਾ ਲੱਗਦੇ ਨੇ, ਅੱਛਾ ਕੈਮਰੇ ਚ ਪਤਾ ਲੱਗ ਜਾਂਦਾ ਫਿਰ ਆਪਾਂ ਕਿਲੋਮੀਟਰ ਪਹਿਲਾਂ ਹੀ ਟੂਟ ਬੁਣ ਲੱਗ ਜਾਂਦਾ ਹੈ। ਓਕੇ ਕੋਈ ਅੱਗੇ ਜੇ ਫੀਲ ਕਰ ਪਾ ਰਹੇ ਹੋ, ਮੈਂ ਫਲੈਸ਼ ਬੰਦ ਕਰਦੀ ਕਿਉਂਕਿ ਕਲੀਅਰ ਦਿਖੇ, ਕਮਾਲ ਹੀ ਹੋਈ ਪਈ ਹੈ ਕਮਾਲ। ਆਪਾਂ ਨਾ ਚੋੜ ਚੋੜੇ 'ਚ ਰਸਤਾ ਭੁੱਲ ਗਏ, ਰਸਤਾ ਨਹੀਂ ਭੁੱਲੇ ਰਸਤਾ ਭਟਕ ਗਏ ਤੇ ਹੋਰ ਹੀ ਕਿੱਧਰ ਵੜ ਗਿਆ ਸੜਕਾਂ ਤੇ ਸਮਝ ਨਹੀਂ ਆ ਰਹੀ, ਪਰ ਆਪਾਂ ਰਿਕਾਰਡ ਹਿੱਟ ਕਰਤਾ, ਰਿਕਾਰਡ 11 ਕਿਲੋਮੀਟਰ ਇਨ 3 ਮਿੰਟਸ, 11 ਕਿਲੋਮੀਟਰ 3 ਮਿੰਟਾਂ 'ਚ ਕੱਢੇ ਨੇ, ਬੜੀ ਖਿੱਚੀ ਹੈ ਬਾਈ ਨੇ, ਮਤਲਬ ਨਵਾਂ ਐਕਸਪੀਰੀਅੰਸ ਤੇ ਆਇਆ, ਸਹੀ ਗੱਲ ਹੈ। 170 180 ਤੱਕ ਦੀ ਗਿਨੈਸ ਦੀ ਬੁੱਕ ਨਹੀਂ ਹੁੰਦੀ ਜਿਹੜੀ ਉਹਦੇ ਤੇ ਰਿਕਾਰਡ ਫਿੱਟ ਕਰਤਾ, ਕਿੰਨੀਆਂ ਦੀ ਬੁੱਕ 'ਚ ਤੇ ਹੁਣ ਅਸੀਂ ਜਿਹੜੇ ਸ਼ਹਿਰ ਚਲੇ ਸੀ ਕਿਸੇ ਹੋਰ ਹੀ ਸ਼ਹਿਰ ਪਹੁੰਚ ਗਏ ਹਾਂ, ਹੁਣ ਇੱਥੋਂ ਘੁੰਮ ਫਿਰ ਕੇ ਜਾ ਰਹੇ ਹਾਂ ਕਿਸੇ ਹੋਰ ਪਾਸੇ, ਓਏ ਹੋਏ ਆ ਗਿਆ ਬੜੀਆਂ ਡੀਟਿੰਗਾਂ ਮੈਨੂੰ ਕਟਿੰਗ ਕਰਨੀ ਪਈ ਆ ਇੱਥੇ, ਟੂੰ ਟੂੰ ਤਾਂ ਚਲੋ ਨਹੀਂ ਮਰਾ ਸਕਦਾ ਮੈਂ, ਕਟਿੰਗ ਕਰਨੀ ਪੈ ਗਈ ਮੈਨੂੰ, ਉਸਤਾਦ ਸਾਡਾ ਬੜਾ ਖਤਰਨਾਕ ਬੰਦਾ ਹੈ, ਲੱਕੀ ਉਸਤਾਦ ਹੋਰ ਕੀ ਹੋਰ ਕਹਿੰਦਾ ਮੈਂ ਸੰਤ ਤਾਂ ਤੂੰ ਹੀ ਹੈ ਵਿੱਚ ਬੈਠਾ, ਕਰਤਾ ਧਰਤਾ ਮੈਂ ਹੀ ਹੈ ਜੀ, ਸਹੀ ਗੱਲ ਹੈ ਕਰਤਾ ਧਰਤਾ ਸੰਤ ਮਹਾਰਾਜ ਮਹਿਕ ਦੀ ਭਾਂਜਰਾ, ਮਹਿਕ ਦੀ ਭਾਈ ਮਹਿਕ ਦੀ ਭਾਂਜਰਾ ਜੀ, ਵੀ
ਡੈਡੀ ਰੈਸਟੋਰੈਂਟ ਚ ਨਾ ਉਹ ਠੀਕ ਆਂਡੇ ਸੀ ਜਿੱਦਾਂ ਚਿਮਨੀ ਨਹੀਂ ਹੁੰਦੀ ਜਿਹੜੀ ਹੈ ਚਿਮਨੀ ਹਾਂ ਚਿਮਨੀ ਉਹ ਠੀਕ ਆਂਡੇ ਉਹਦਾ ਗੁੱਡੇ ਕੰਨ ਤੇ ਉਹ ਪਤਾ ਨਹੀਂ ਕਿਹੜੀ ਡੈਡੀ ਨੇ ਤਾਰ ਜੋੜਤੀ ਸਾਰੇ ਸਾਡੇ ਸਵਲੰਸੀਆ ਦੇ ਸਾਰੇ ਰੋਡ ਦੀ ਬੱਤੀ ਬੰਦ ਹੋ ਗਈ ਬਾਅਦ ਚ ਆ ਗਈ ਵੈਸੇ ਦੋ ਤਿੰਨ ਮਿੰਟ ਚ ਆ ਗਈ ਆਹ ਥੋੜੇ ਦਿਨ ਪਹਿਲਾਂ ਦੀ ਗੱਲ ਦੀ ਸੀ ਚਾਚੂ ਦੀ ਗੱਲ ਸਪੈਨਿਸ਼ ਕੋਈ ਜਨਾਨੀ ਆਈ ਕਹਾਣੀ ਦੱਸਣ ਡਿਆ ਜੂਬੇ ਵਾਲੀ ਕਹਿੰਦਾ ਸਪੈਨਿਸ਼ ਕਹਿੰਦਾ ਤੂੰ ਸਾਰੇ ਪਿਸਕਾ ਤੋਂ ਗਰਾਂਦੇ ਕਹਿੰਦਾ ਵੱਡੀ ਮੱਛੀ ਦਾ ਤੇ ਮੈਂ ਉਹਨੂੰ ਸਮਝਾਇਆ ਵੀ ਅਸਲ ਪਾਗਲ ਹੋ ਗਏ ਕਹਿੰਦਾ ਪਿਸਕਾ ਤੋਂ ਗਰਾਂਦੇ ਜਿਵੇਂ ਆਪਣੇ ਪੰਜਾਬੀ ਬੋਲਦੇ ਨਹੀਂ ਹੈ ਵਧੀਆ ਰੈਸਟੋਰੈਂਟ ਆ ਉਹੀ ਆ ਉਹਦਾ ਨਾਂ ਹੈਗਾ ਵਾ ਰੋਇਲ ਇੰਡੀਅਨ ਬੇਚੁੱਤੀ ਹੈ ਤੇ 556 ਰਿਵਿਊ ਆ ਤੇ 4.4 ਸਟਾਰ ਵਧੀਆ ਤੂੰ ਆਪ ਰੋਟੀ ਰੋਟੀ ਚਾਵਲ ਨਹੀਂ 100 ਕਿਲੋਮੀਟਰ ਆ ਗਏ ਮਾਮਾ ਸਹੀ ਗੱਲ ਹੈ ਵੈਸੇ ਨਾ ਇਹ ਹਮਾਰੇ ਵਲੌਗ ਕਾ ਮੇਨ ਪੁਆਇੰਟ ਥਾ ਰੋਟੀ ਗਣ 100 ਕਿਲੋਮੀਟਰ ਆਇਆ ਸਪੈਸ਼ਲ ਔਰ ਇਹ ਵੀ ਰੈਂਡਮ ਲੱਭੇ ਰੈਸਟੋਰੈਂਟ ਇਹ ਨਹੀਂ ਕੋਈ ਸਪੈਸ਼ਲ ਸੀ ਇਹਨਾਂ ਨੂੰ ਵੀ ਇਹਨਾਂ ਨੂੰ ਕੋਈ ਪਤਾ ਸੀ ਇੱਥੋਂ ਦਾ ਇੱਥੇ ਵੈਸੇ ਸਰਚ ਮਾਰਿਆ ਤੇ ਉਹ ਰੈਂਡਮ ਲੱਭ ਕੇ ਰੋਟੀ ਗੂਗਲ ਮਹਾਰਾਜ ਕੀ ਜੈ ਗੂਗਲ ਮਹਾਰਾਜ ਕੀ ਨਹੀਂ ਤੋਂ ਇਸ ਤਰ੍ਹਾਂ ਆਪਣੇ ਵਲੌਗ ਦਾ ਐਡ ਬਣਾ ਹਮ ਕੋ ਇੱਕ ਸਟ੍ਰੇਂਜਰ ਮਿਲਾ ਉਹ ਹਮ ਕੋ ਦੇਨੀਆ ਲੈ ਗਏ ਆਹੋ ਹੈਲਪ ਐ ਪਾ ਦੇ ਭਾਵੇਂ ਸਹੀ ਗੱਲ ਹੈ ਸਟ੍ਰੇਂਜਰ ਵੀ ਆਪਣਾ ਕੰਟੈਂਟ ਪਾਸ ਵੀ ਕਰਦਾ ਵੇ ਲਾ ਆਹ ਸਹੀ ਗੱਲ ਹੈ ਸਿਰ ਦੁਰਦ ਹੋ ਰਹੀ ਸਹੀ ਦੱਸਾਂ ਉਸ ਟਾਈਮ ਜਦੋਂ ਮੈਨੂੰ ਪੁੱਛ ਰਹੇ ਕਿਉਂ ਮੁਰਝਾਇਆ ਪਿਆ ਮੇਰਾ ਵੀ ਸਿਰ ਦੁੱਖ ਰਿਹਾ ਸੀ ਉਸ ਟਾਈਮ ਸਾਰੇ ਫੋਨਾਂ ਚ ਲੱਭੀ ਜਾਂਦੇ ਨੇ ਆਪਾਂ ਕਿੱਥੇ ਆ ਉਹ ਗਾਈਡ ਆਂਦਾ ਚਲੋ ਜੀ ਚਲੋ ਹਿੰਦੀ ਗਾਈਡ ਹਿੰਦੀ ਬੋਲਣ ਵਾਲਾ ਗਾਈਡ ਹਿੰਦੀਓ ਮੇ ਬਾਤਾਂ ਕਰਤੇ ਹੈ ਇਹ ਹਿੰਦੀਓ ਮੇ ਜੋ ਉੱਪਰ ਨੇ ਸਾਰੇ ਨੇ ਯਾ ਪਤਾ ਨਹੀਂ ਅਬ ਇਹ ਕੀ ਹੋ ਗਿਆ ਹੈ ਇਹ ਮੇਰਾ ਸਫਰ ਮੈਂ ਤਾਂ ਠੀਕ ਆ ਬਿਲਕੁਲ ਓਕੇ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਪੱਕੀ ਗੱਲ ਇਹਨਾਂ ਦੇ ਵਿੱਚ ਲੋ ਠੀਕ ਤੁਹਾਡਾ ਹੋਣਾ ਜ਼ਰੂਰੀ ਹੈ ਅਮੂ ਦਾ ਸਿਰ ਦੁੱਖ ਰਿਹਾ ਤੁਹਾਡਾ ਵੀ ਦੁੱਖ ਹਾਂ ਅਸੀਂ ਤਾਂ ਦੋਨੋਂ ਵਿਹਲੇ ਆ ਸਾਡੇ ਤਾਂ ਉਹੀ ਸਿਰ ਦੁਖਦੇ ਰਹਿੰਦੇ ਨੇ ਅੰਮੂ ਨੇ ਪਰਾਂਠੇ ਵੀ ਬਣਾਏ ਨਾ ਸਵੇਰੇ ਸਵੇਰੇ ਥੱਕਣਾ ਤਾਂ ਫਿਰ ਬਣਦਾ ਹੀ ਸੀ ਗੱਡੀ ਇੱਥੇ ਇੱਥੇ ਪੈ ਪੂ ਜਾਣਾ ਕਿੱਥੇ ਉਹ ਤੁਹਾਡੀ ਅਸੀਂ ਅੱਜ ਖਾ ਲਏ ਆਲੂ ਵਾਲੇ ਪਰੌਂਠੇ ਅੰਦਰ ਵੜ ਕੇ ਦੇਖੋ ਨਾ ਪਹਿਲਾਂ ਵੀ ਅੰਦਰ ਜੇ ਸੋਹਣਾ ਹੈ ਤਾਂ ਅੰਦਰ ਬੈਠਦੇ ਹਾਂ ਅਦਰਵਾਈਜ਼ ਬਾਹਰ ਬੈਠਦੇ ਹਾਂ ਬਾਹਰ ਵੀ ਠੀਕ ਹੈ ਕੰਮ ਇਹ ਵੀ ਐਰੈਟੋ ਆਹ ਦੇਖੋ ਜੀ ਰੋਇਲ ਇੰਡੀਆ ਸਪੈਸ਼ਲ ਇੰਡੀਅਨ ਰੈਸਟੋਰੈਂਟ ਲੱਭਿਆ 100 ਕਿਲੋਮੀਟਰ ਦੂਰ ਜਦਕਿ ਵਲੰਸੀਆ 'ਚ ਵਾਧੂ ਨੇ ਅੰਦਰ ਵਧੀਆ ਅੰਦਰ ਹਾਂ ਅੰਦਰ ਠੀਕ ਹੈ ਸੁੰਨਾ ਸੁੰਨਾ ਰੋਟੀ ਖੋ ਖੋ ਕੇ ਲੈ ਜੂਗੀ ਬਾਹਰੋਂ ਲਓ ਜੀ ਪਹੁੰਚ ਗਿਆ ਜੀ ਇੰਡੀਅਨ ਕੁਜ਼ੀਨ ਦੇ ਵਿੱਚ ਇੰਡੀਅਨ ਰੈਸਟੋਰੈਂਟ ਹੈ ਇੱਥੇ ਬੰਦੇ ਜਿਹੜੇ ਕੰਮ ਕਰ ਰਹੇ ਨੇ ਉਹ ਵੀ ਭਾਰਤੀ ਨੇ ਖਾਸ ਕਰਕੇ ਹਿੰਦੀ ਪੰਜਾਬੀ ਬੋਲਦੇ ਨੇ ਪੰਜਾਬੀ ਬੋਲ ਰਹੇ ਨੇ ਪੰਜਾਬੀ ਬੋਲ ਰਹੇ ਨੇ ਵਧੀਆ ਲੱਗਿਆ ਇਹ ਫਿਰ ਮੈਨੂੰ ਭੁੱਲ ਗਿਆ ਨਾਮ ਦੇਨੀਆ ਇੱਕ
ਟਾਊਨ ਜਿਹਾ ਲੱਗ ਰਿਹਾ ਕਿ ਬਹੁਤ ਵੱਡਾ ਸ਼ਹਿਰ ਨਹੀਂ ਲੱਗ ਰਿਹਾ ਬਟ ਸਟਿਲ ਵਧੀਆ ਲੱਗਿਆ ਸ਼ਾਂਤ ਜਿਹਾ ਕਿ ਰਾਤ ਨੂੰ ਥੋੜ੍ਹਾ ਬਹੁਤਾ ਜਿਹੜਾ ਦੇਖਿਆ ਔਰ ਇਹ ਤਾਂ ਐਮਬੀਐਸ ਵੀ ਇੰਡੀਆ ਵਰਗਾ ਬਣਾਇਆ ਹੋਇਆ ਇਹਨਾਂ ਨੇ ਗੁੱਡ ਹੈ ਇੰਟੀਰੀਅਰ ਬਿਲਕੁਲ ਇੰਡੀਆ ਵਰਗਾ ਹਿਸਾਬ ਕਿਤਾਬ ਜਿਹਾ ਹੈਗਾ ਪਾਣੀ ਠੰਡਾ ਨਾ ਔਰ ਇਹਨਾਂ ਨੇ ਮੈਨਿਊ ਦੇ ਉੱਪਰ ਤਾਜ ਮਹਿਲ ਦੀ ਹੋਟਲ ਓਰੀਜਨਲ ਇੰਡੀਅਨ ਰੈਸਟੋਰੈਂਟ ਲਓ ਜੀ ਪਾਪੜ ਜੀ ਐਡੇ ਵੱਡੇ ਵੱਡੇ ਪਾਪੜ ਦੇਨੀਆ 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 ਸ਼ਹਿਰ ਆਹੀ ਜੋ ਵੀ ਆ ਆ ਕੋਣਾ ਦੇਖੋ ਜੀ ਆ ਰੋਟੀ ਬਣਾਉਂਦੀ ਮੁਟਿਆਰ ਇਹ ਬਾਹਰੋਂ ਖਾਂਦੇ ਤੇ ਮੈਨੂੰ ਇੱਥੇ ਚੱਕੇ ਚਾੜੇ ਕਿੰਨੇ ਕਿਹਾ ਸੀ ਇੱਥੇ ਰਵਲ ਪਾਸੇ ਤੇ ਆਹਣਾ ਕਿ ਬਸ ਕੱਲ ਕੱਲ ਸ਼ਾਮ ਨੂੰ ਦੋੜ ਦੋੜੀ ਤਾਂ ਸਾਰੇ ਹਵਾਲੇ ਤੇ ਕੋਈ ਰੈੱਡ ਕਾਰਪੈਟ ਰੂਡ ਕਾਰਪੈਟ ਵਿਛਾ ਕੇ ਰੱਖੋ ਕੱਲ ਆ ਰਿਹਾ ਸੀ ਜ਼ਰੂਰ ਜੀ ਮੈਂ ਕੰਮ ਆਉ ਕਾਰਪੈਟ ਹੀ ਵਿਛਾਵਾਂਗੇ ਜੀ ਕੋਈ ਨਾ ਜੇ ਥਕਾਵਟਾਂ ਨਾ ਕਰਾਤੀਆਂ ਨਾ ਤਾਂ ਕਿ ਉਹ ਹੱਥ ਜੋੜਦੇ ਨੇ ਚਲੇ ਜਾਓ ਪ੍ਰਾਹੁਣੇ ਉਹ ਐਡੀਆਂ ਗੱਲਾਂ ਹੋ ਗਈਆਂ ਅਸੀਂ ਤਾਂ ਆਉਣ ਨੂੰ ਤਿਆਰ ਆ ਜਦੋਂ ਤੱਕ ਸਾਨੂੰ ਲੈ ਕੇ ਤੁਰਨਗੇ ਇੱਕ ਮਿੰਟ ਪਾਪੜਾਂ ਤੋਂ ਬਾਅਦ ਆ ਦੇ ਕੇ ਗਏ ਨੇ ਆ ਡੱਬਾ ਜਿਹਾ ਇਹਦੇ ਥੱਲੇ ਕੈਂਡਲਾਂ ਬਲ ਰਹੀਆਂ ਨੇ ਉਹ ਦੇਖੋ ਚਿੱਲੀ ਪਨੀਰ ਦਾਲ ਮੱਖਣੀ ਟੋਟੀਆਂ ਰੋਟੀਆਂ ਆ ਗਈਆਂ ਛਕੋ ਜੀ ਚਲੋ ਜੀ ਰੋਟੀ ਛਕ ਲਈਏ ਰੋਟੀ ਖਾਂਦੇ ਉੱਥੇ ਕੀ ਵੀਡੀਓ ਬਣਾਈਏ ਰੱਜ ਕੇ ਆਰਾਮ ਨਾਲ ਰੋਟੀ ਖਾਂਦੇ ਜੇ ਉੱਥੇ ਨਿਕਲਦੇ ਹਾਂ ਫਿਰ ਕਰਦੇ ਹਾਂ ਫੰਕਸ਼ਨ ਰੋਟੀ ਦਾ ਰਿਵਿਊ ਜ਼ਰੂਰ ਦੇ ਕੇ ਜਾਵਾਂਗੇ ਕਿੱਦਾਂ ਦੀ ਸੀ ਟੇਸਟ ਕਿੱਦਾਂ ਦਾ ਸੀ ਦੇਸੀ ਘਿਓ ਦੇ ਕੀ ਦੇਸੀ ਘਿਓ ਦਾਲ ਦੇਸੀ ਘਿਓ ਚ ਬਣੀ ਹੋਈ ਹੈ ਉਸੇ ਨਾਲ ਪਾਇਆ ਹੋਇਆ ਪਰ ਟੇਸਟੀ ਹੈ ਦਾਲ ਦੇ ਨੰਬਰ ਲੈ ਲੈ ਅਗਲੀ ਵੈਰਾਈਟੀ ਦੇਖਦੇ ਹਾਂ ਰੋਟੀ ਵੀ ਸਵਾਦ ਹੈ ਚਿੱਲੀ ਪਨੀਰ ਵੀ ਬਹੁਤ ਸਵਾਦ ਹੈ ਨੰਬਰ ਲੈ ਕੇ ਜੀ ਇਹ ਨੰਬਰ ਇਸ ਲਈ ਇੰਡੀਆ ਵਰਗਾ ਟੇਸਟ ਹੈ ਉਹਨਾਂ ਨੇ ਸਹੀ ਲਿਖਿਆ ਸੀ ਟਰੂ ਇੰਡੀਅਨ ਰੋਇਲ ਇੰਡੀਅਨ ਅਤੇ ਲਿਖਿਆ ਸੀ ਟਰੂ ਇੰਡੀਅਨ ਟੇਸਟ ਲਿਖਿਆ ਸੀ ਓਰੀਜਨਲ ਇੰਡੀਅਨ ਟੇਸਟ ਬਿਲਕੁਲ ਉਹੀ ਹੈ ਇਹ ਸ਼ਹਿਰ ਦਾ ਨਾਮ ਮੈਂ ਬੋਲਿਆ ਮੈਂ ਵਾਰ ਵਾਰ ਭੁੱਲ ਜਾਂਦਾ ਕਿਉਂਕਿ ਅਸੀਂ ਕੁਦਰਤੀ ਜਿਵੇਂ ਕਹਿੰਦੇ ਵਾਸਕੋ ਡੀ ਗਾਮਾ ਨੇ ਉਹ ਲੱਭਿਆ ਸੀ ਨਾ ਉਵੇਂ ਅਸੀਂ ਆਹ ਲੱਭ ਲਿਆ ਅਤੇ ਉੱਥੇ ਪਹੁੰਚ ਗਏ ਖਾਣਾ ਟੇਸਟੀ ਹੈ ਹੁਣ ਖਾ ਲਈਏ ਆ ਚਾਵਾਂ ਮੰਗਾ ਲਈਆਂ ਰੋਟੀਆਂ ਤੋਂ ਬਾਅਦ ਰੱਜ ਗਏ ਰੱਜ ਗਏ ਅਨੂੰ ਅਮੂੰ ਦਾ ਕੁਛ ਖਾਧਾ ਹੀ ਨਹੀਂ ਇੰਨੀ ਦੂਰ ਆਉਣਾ 100 ਕਿਲੋਮੀਟਰ ਇੱਕ ਅਣਜਾਣ ਸ਼ਹਿਰ ਦੇ ਵਿੱਚ ਜਿੱਥੇ ਰਸਤਾ ਵੀ ਭੁੱਲ ਗਏ ਗੂਗਲ ਵਾਲੀ ਤਾਈ ਨੇ ਵੀ ਉਲਝਾ ਦਿੱਤਾ ਅਸੀਂ ਹੋਰ ਪਾਸੇ ਨਿਕਲ ਗਏ ਪਤਾ ਨਹੀਂ ਇੰਨੀ ਦੂਰ ਕਿੱਥੇ ਆ ਗਏ ਭਟਕਦੇ ਭਟਕਦੇ ਕਦੇ ਨਹੀਂ ਉਮੀਦ ਸੀ ਵੀ ਇੱਕ ਅਣਜਾਣ ਰੈਸਟੋਰੈਂਟ ਦੇ ਵਿੱਚ ਖਾਣਾ ਜਿਹੜਾ ਮਿਲੇਗਾ ਇੰਨਾ ਡਿਲੀਸ਼ੀਅਸ ਮਿਲੇਗਾ ਔਰ ਲੱਕੀ ਦਾ ਕਹਿਣਾ ਮੇਰਾ ਨਹੀਂ ਕਿ ਵੈਲੈਂਸੀਆ ਦੇ ਵਿੱਚ ਇੰਨਾ ਸਵਾਦ ਖਾਣਾ ਇਹਨੇ ਨਹੀਂ ਖਾਧਾ ਕਿਸੇ ਰੈਸਟੋਰੈਂਟ ਦੇ ਨਹੀਂ ਖਾਧਾ ਪੱਕੀ ਗੱਲ ਹੈ ਨਾ ਬਾਕੀ ਮੈਨੂੰ ਤਾਂ ਨਹੀਂ ਪਤਾ ਕਿ ਮੈਂ ਵੈਲੈਂਸੀਆ ਦੇ ਇੱਕੋ ਹੀ ਰੈਸਟੋਰੈਂਟ ਟਰਾਈ ਕੀਤਾ ਸੀ ਤਾਜ ਮਹਿਲ ਕੋਈ ਹੋਰ ਬਾਹਰਲਾ ਨਹੀਂ ਟਰਾਈ ਕੀਤਾ ਇੱਥੇ ਆ ਕੇ ਵਾਕਈ ਮੈਂ ਨਾ ਉਂਗਲੀਆਂ ਖਾਣ ਦਾ ਸਾਬ ਬਣ ਗਿਆ ਪਰ ਢਿੱਡ ਜੇ ਇਜਾਜ਼ਤ ਦਿੰਦਾ ਹੋਰ ਤਾਂ ਹੋਰ ਖਾਂਦੇ ਹੁਣ ਢਿੱਡ ਕਹਿੰਦਾ ਬਸ ਕਰ ਭਾਰਾ ਫਟਣਾ ਹੀ ਵਰਥੇਵਲ ਹੋਇਆ ਸਾਡਾ ਇੱਥੇ ਆਉਣਾ ਇੰਨੀ ਦੂਰ 100 ਕਿਲੋਮੀਟਰ ਅਤੇ ਐਂਡ ਵਿੱਚ ਜਾਂਦੇ ਜਾਂਦੇ ਇੱਕ ਮੈਂਗੋ ਵਾਲੀ ਲੱਸੀ ਅਤੇ ਆ ਚਾਹਵਾਂ ਇਹ ਕੌਫੀਆਂ ਅਤੇ ਆ ਪਤਾ ਨਹੀਂ ਇੱਡੀ ਗੁੜੀ ਜੀ ਕੀ ਪੀਤੀ ਜਾਂਦਾ ਇਹ ਸਿਰਫ ਕੌਫੀ ਇੰਨੀ ਕੌੜੀ ਕੌਫੀ ਪੀਏਗਾ ਮੁੰਡਾ ਵਾਹਿਗੁਰੂ ਇਹ ਵੀ ਟੇਸਟ ਕਰਕੇ ਦੇਖ ਲਈਏ ਚੀਨੀ ਠੋਕੇ ਮੈਂਗੋ ਲੱਸੀ ਵਾਕਈ ਮੈਂਗੋ ਵਾਲੀ ਹੈ ਨਿਕਲ ਆਏ ਜੀ ਰੈਸਟੋਰੈਂਟਾਂ ਤੋਂ ਖਾ ਕੇ ਅਗੇਨ ਉਹਨੇ ਐਸ ਸਾਡੇ ਉੱਥੇ ਦਿੰਦੇ
ਸਾਡੇ ਖਾਸ ਨੇ ਭੇਵੇ ਕੋਲ ਜਿੰਨਾ ਸਾਨੂੰ ਅੰਬਾਲਾ ਪੈਂਦਾ ਉਨਾ ਹੀ ਭੇਵੇ ਮੈਂ ਜਾਣਦੀ ਭੇਵੇ ਨੂੰ ਅਸੀਂ ਗਏ ਸੀ ਇੱਕ ਵਾਰੀ ਭੇਵੇ ਗਏ ਸੀ ਨਾ ਆਪਾਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਨਜ਼ਰੀਏ ਹੈਪੀ ਬਰਥਡੇ ਟੂ ਨਾਇਆ ਓ ਹਿੰਮਤ ਆ ਬੜਿਆ ਹੈਪੀ ਬਰਥਡੇ ਟੂ ਹਿੰਮਤ ਹੈਪੀ ਬਰਥਡੇ ਟੂ ਯੂ हिम्मत बर्थडे शुरू हो चुका जी कल दे व्लॉग विच वैसे जाना सी सारे ने हिम्मत को हिंदियां शुरू हो गई ने फिर कल दे व्लॉग विच जावांगे हिम्मत दे बर्थडे ते जरूर देखियो हिम्मत तुम जियो हजारों साल साल के दिन हो डेढ़ दो करोड़ लेन बनी नहीं वैसे आ रहे हैं नाया कल आ रहे हैं तेरे को टेंशन ना ले तो थकावट हो गई अज तो मैं पीछे आराम ना तां बह गया क्योंकि अगे मैं नींद कर लेनी सी ड्राइवर भाई साहब नूं नींद आ जांदी जे मैं अगे बहिंदा ते नाल मैं एडिटिंग करनी सी मैं थोड़ी एडिटिंग भी कर ली कैसी स्ट्रांग स्ट्रांग कैसी ये पहुंच गया पहला ओके बाय बाय।